स्वागत है जी थोड़ा अज्ज दे ब्लॉग विच। अज्ज लाउण लगे हां जी आलू नीमे वाले खेत विच, जिथे नूं नदी टुट गई सी सनी खड़ा। आ मोड़ वाले आलू लाउण लगे होए आ, बहुत औखे लगदे आ जी। तां पहलां मोड़ तों खुंझा पैंदा तिरछा, तां इहनूं काफ़ी लो जी बीज मुक् गया, हुण बीज लेण आए आ। तो इस करके थोड़ा 10 मिनट चाह चू पी लिए नाले, तो लगे हुए हैं भरन बीज। 10 बोरियां घट गई हुण, लगे हुए मुंडे भरन बाहे भर के। मैं फिर ये लाने चिप्स होना बन दे बीज, ये लाने हम चिप्स होना बन। उ ਸਰ ਪ੍ਰਤਾਪ ਨੂੰ ਮਿਲੋ, ਹਰ ਪ੍ਰਤਾਪ ਸਤਿ ਸ਼੍ਰੀ ਅਕਾਲ ਬੁਲਾ ਦੇ। ਸਤਿ ਸ਼੍ਰੀ ਅਕਾਲ ਬੁਲਾਈ ਜਾਂਦੇ। ਫਾਰਮ ਟਰੈਕ 60 ਦਾ ਹੈਗਾ, ਇਹ ਨਵਾਂ ਟਰੈਕ ਸੂਟ ਲੈ ਕੇ ਪਾਈ ਫਿਰਦਾ ਅੱਜ। ਠੀਕ ਹੈ ਠੀਕ ਹੈ, ਜਾਣਾ ਤਾਂ ਆਲੂ ਲਾਉਣ ਜਾਣਾ। ਲਾਉਣੇ ਆਲੂ? ਲਓ ਜੀ ਆਲੂ ਲੈ ਕੇ ਆ ਗਏ। ਕਿਸਾਨ ਯੂਨੀਅਨ ਦਾ ਝੰਡਾ ਲਹਿਰਾਉਂਦਾ, ਹਵਾ ਚੱਲਦੀ ਥੋੜ੍ਹੀ ਥੋੜ੍ਹੀ। आ लागे सब तो नीवा खेत आ, जिथों आ पॉपुलर खड़े ने, इत्थे नदी टुट गई सी 2 साल पहला। तुसी वीडियो देखो, शुरू च मेरी वीडियो पई वे कित्थे, ते इत्थों नदी टुट गई सी। खेत वधिया, बट्टा वधिया बणदियां ने, देखो है ना। हुण फिर गड्डी लेके आंदी है दूजी, रेड़ा लेके आए हैं बंदे। रेड़ा लिया के उहदे आलू लद लिया, ते आलू हुण पाउणगे। थोड़ा जिहा रह गया, बिग्गा कि रहिंदा हुण इक भाई ला के बा। फिर गां एक सुहागा सुगा मार खेत तैयार करांगे, तो बीज भरनगे। कल गन्ना लाउणा, फिर सानू गन्ना लाउंदा दिखावांगे, जिहड़ा ट्रेन चलाया होया सीगा। खड़ खड़े खेत चले हैं जी, जिहड़ियां बाटा हो गईआं ते कुछ खड़ियां भी ने, ये भी निपड़नगीआं। मन चल रहा लख जिहदा, ते हुण चले सुहागा मार खड़ खड़े खेत ते। ਸਾਡਾ ਮਾਰ ਕੇ ਫਿਰ ਲਾ ਕੇ ਇਹਨੂੰ 2 ਮਿੰਟ ਮਾਰ ਕੇ ਫਿਰ ਆਲੂ ਲੈ ਤਿਆਰ ਕਰਕੇ 2 ਦਿਨ ਬਾਅਦ ਲਾਉਣੇ ਆ। ਆਲੂ ਲਾਉਣਾ ਕਿੱਦਾਂ ਚੱਲਿਆ ਜੀ? ਖੇਤ ਮੇਰਾ ਪਤਾ ਆ ਗਿਆ ਮਨ, ਕਹਿੰਦਾ ਵੀ ਚਾਚੂ ਮੈਂ ਵੀ ਬਹਿਣਾ ਤੇਰੇ ਨਾਲ। ਮੈਂ ਚੱਲ ਆ ਜਾ ਫਿਰ, ਹੌਲੀ ਹੌਲੀ ਮਾਰ ਰਹੇ ਹਾਂ। ਸਵਾਗਾ ਮਾਰਨ ਲੱਗੇ ਹੋਏ ਆ, ਇਹਦਾ ਘਰ ਜਮਾ ਹੀ ਨਾਲ ਆ ਖੇਤ ਦੇ। ਆਹ ਤੁਸੀਂ ਪਿੱਛੇ ਦੇਖੋ, ਆ ਇਹਦਾ ਘਰ ਆ ਤੇ ਨਾਲੇ। ਹੋਰ ਅਮਨ ਠੀਕ ਆ? ਚੱਲ ਠੀਕ ਆ। ਡੈਡੀ ਤੇਰਾ? ਡੈਡੀ ਘਰ ਆਈ। ਚਲ ਵਧੀਆ, ਚਲੋ ਜੀ ਫਿਰ ਦੇਖੋ ਹੁਣ ਸਵਾਗਾ। ਲੱਗੀ ਹੋਈ ਹੈ ਜੀ ਰਾਤ ਦੀ। ਮਾਮਾ ਕਹਿੰਦਾ ਤੂੰ ਖੇਤ ਵਾ, ਮਾਮਾ ਦੇ ਰਹਿ ਦੁਸ਼ਹਿਰਾ ਦੇਖਣ। ਮੈਂ ਤੈਨੂੰ ਕੋਈ ਗੱਲ ਨਹੀਂ, ਖੇਤ ਤੇ ਵੈਸੇ ਕਦੋਂ ਦਾ ਫੋਨ ਲੱਗਿਆ ਹੋਇਆ ਵਾ, ਚਲੋ ਹੁਣ ਦਿਖਾ ਦਈਏ, ਥੋੜ੍ਹਾ ਜਿਹਾ ਕੰਮ ਰਹਿ ਗਿਆ। ਅਤੇ ਰਾਤ ਨੂੰ ਫਿਰ ਤਾਂ ਵੈਸੇ ਤਾਂ ਨਿਹਾਰਾ ਅਕਵਾਲ ਲੰਬੜਦਾਰ ਨੂੰ ਮਿਲੋ। ਇਹ ਹਲਕੇ ਦੀ ਜਿੰਦ ਜਾਨ ਆ, ਸਾਡੇ ਕੋਲ ਬੈਠਾ। ਅਕਵਾਲ ਕੀ ਹਾਲ ਚਾਲ ਆ? ਠੀਕ ਆ, ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਾਈ। ਹੋਰ ਕੀ ਚੱਲਦਾ ਕੰਮ ਕਾਰ ਹੁਣ? ਧਾਨ ਵੱਢੀ ਜਾਂਦਾ, ਕੰਬਾਈਨ ਕੇ ਵੜਾ ਹੋਆ, ਪਲਾੜੀ ਚੱਕੀ ਜਾਂਦਾ, ਆਲੂ ਲਾਉਂਦਾ, ਘੰਨਾ ਲਾ ਦਿੰਦਾ। ਹਾਂ, ਤੇ ਆਲੀ ਫੁਲਕਾ ਤਾਂ ਚਲਾਉਣਾ ਹੀ ਆ ਨਾ। ਵਧੀਆ ਚੱਲੀ ਜਾਂਦਾ? ਹਾਂ ਵਧੀਆ ਚੱਲੀ ਜਾਂਦਾ। ਬਾ ਠੀਕ ਆ, ਨਾਲ ਇੱਕ ਕੰਮ 'ਚ ਦਿਲ ਨਹੀਂ ਲੱਗਦਾ? ਇੱਕ ਕੰਮ ਦਿਲ ਨਹੀਂ ਲੱਗਦਾ, ਬੂਟਾ ਵੀ ਜਾਗਣੀ ਦਾ। ਅੱਛਾ, ਬੂਟੇ ਵੀ ਜਾਗਣ ਦਾ।
ਨਾ ਨਾ ਠੀਕ ਹੈ ਠੀਕ ਹੈ। ਅੱਜ ਕਿੱਧਰ ਗਏ ਹੋਏ ਬੰਦੇ? ਅੱਜ ਇੱਕ ਢੇਰ ਪਾਉਂਦਾ ਗਾਂਧੀ ਸਰਪੰਚ ਕੇ ਦੋ ਟੋਲਾਰੀ। ਹਾਂ ਇਧਰ ਇੱਕ ਪੁਲਾੜੀ ਚੱਕਦਾ ਹੈ। ਇੱਕ ਬੰਦਾ ਢੇਰ ਪਾਉਣ ਗਿਆ ਹੋਇਆ? ਹਾਂ ਇੱਕ ਬੰਦਾ ਪੁਲਾੜੀ ਚੱਕਦਾ ਹੈ, ਇੱਕ ਬੰਦਾ ਪੁਲਾੜੀ ਚੱਕਦਾ ਹੈ। ਮੈਂ ਲਮਰਦਾਰੀ ਘੁੰਮਦਾ ਹੈ। ਤੇ ਤੂੰ ਉਹ ਕੰਮ ਵੀ ਦੇਖਣਾ ਹੁੰਦਾ ਅੱਗੇ। ਠੀਕ ਹੈ ਤੇਰੀ ਗੱਲ ਵੀ ਠੀਕ ਹੈ। ਤੇ ਲਸਣ 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 ਵੀ ਲਾ ਦੂੰਗਾ? ਲਸਣ ਲਾਉਣਾ ਆਪਾਂ ਨੇ ਲਾਉਣਾ ਥੋੜ੍ਹਾ ਜਿਹਾ, ਮੈਂ ਤਾਂ ਪੁੱਛਦਾ। ਲਾ ਦੇਵਾਂਗੇ ਕੋਈ ਗੱਲ ਨਹੀਂ, ਆਪਾਂ ਨੇ ਕੋਈ ਛੱਡਿਆ। ਉਹ ਫਿਰ ਗੰਨਾ ਹੁਣ ਤਾਂ ਬੜਾ ਬੜਾ ਹੋ ਗਿਆ ਆਪਣੇ ਵਾਲਾ, ਇੱਕ ਅੱਧ ਲਾਉਣਾ ਹੁਣ। ਕੱਲ ਨੂੰ ਲਾ ਦਿਓ। ਮੈਂ ਫਿਰ ਅੱਜ ਖੇਤ ਤਿਆਰ ਕਰ ਲਿਆ, ਜਾਲੂ ਲਾਏ, ਕੱਲ ਨੂੰ ਲਾਏ ਜਾਂਦੇ ਹਾਂ। ਲਾਏ ਦਿਓ ਫਿਰ। ਚੱਲ ਫਿਰ ਆ ਵੀ ਤੇਰੇ ਨਾਲ ਗੱਲ ਰਹੀ, ਪਰਸੋਂ ਨੂੰ ਮੀਂਹ ਦੱਸਿਆ ਹੋਇਆ, ਅੱਜ ਖੇਤ ਤਿਆਰ ਕਰਕੇ ਨਾ ਕੱਲ ਨੂੰ ਲਾ ਦੇਣਾ। ਪਰਸੋਂ ਨੂੰ ਫਿਰ ਮੀਂਹ ਦੇ ਵਿੱਚੇ ਚੱਲੀ ਜਾਊ ਕੰਮ। ਚੱਲੀ ਜਾਊ ਨਹੀਂ ਤਾਂ ਪਾਣੀ ਆਪਣਾ ਮੋਟਰ ਹੈਗੀ ਹੈ, ਮੋਟਰ ਤੋਂ ਪਾਣੀ ਲਾ ਦਿਓ। ਆਹੋ ਤਾਂ ਜੇ ਮੀਂਹ ਪੈ ਗਿਆ ਫਿਰ ਫਾਇਦਾ ਹੀ ਆ, ਪਾਣੀ ਤਾਂ ਲਾਉਣਾ ਹੀ ਪੈਣਾ। ਪਾਣੀ ਤਾਂ ਲਾਉਣਾ ਹੀ ਪੈਣਾ। ਹਾਂ ਇਹ ਜੀਰੀ ਵਾਂਗੂ ਲਾਉਣਾ ਕਵਲ, ਸਿਆੜ ਕੱਢ ਦੇਣੇ ਪਹਿਲਾਂ ਪਾਣੀ ਲਾ ਕੇ, ਮੈਂ ਫਿਰ ਸਿਆੜਾਂ ਵਿੱਚ ਜੀਰੀ ਵਾਂਗੂ ਲਾਉਂਦੇ ਜਾਈ ਜਾਣਾ। ਬਾ ਠੀਕ ਆ ਠੀਕ ਆ ਠੀਕ ਆ। ਆਹੋ ਗੁਲਫੀ ਪੱਕੀ ਜਾਣਾ। ਹਾਂ ਬਸ ਬਸ। ਉਹ ਕਾਗਜ਼ ਤਾਂ ਹੁਣ ਲੋੜ ਨਹੀਂ ਹੈ ਨਾ, ਕਾਗਜ਼ ਤਾਂ ਕਹਿ ਲੋੜ ਆ, ਕਾਗਜ਼ ਤਾਂ ਬਾਹਰ। ਠੀਕ ਨਹੀਂ ਗੱਲ, ਉੱਪਰ ਆਣੇ ਆਹ ਉਹ ਖੁਰਾਕ ਖਾ ਲਿਆ, ਆਹ ਖੁਰਾਕ ਨਿਬੜ ਗਈ ਹੋਣੀ ਦੀ ਹੈਨਾ, ਧਰਤੀ ਮੇ ਜਾਏਗਾ ਤਾਂ ਖੁਰਾਕ ਬਣੂ। ਹਾਂਜੀ ਹਾਂ। ਚਲੋ ਇਹ ਸਾਡਾ ਲੰਬੜਦਾਰ ਆ ਜੀ, ਇਹ ਸਾਡੇ ਕੰਮ ਇਹੀ ਕਰਦਾ ਸਾਰੇ। ਇਹ 3 ਲੱਖ ਰੁਪਏ ਚਾਰ ਲੈ ਗਏ ਮੇਰੇ ਤੇ ਹੁਣ ਤੱਕ। ਹੈਂ ਵੀ ਹਜੇ ਵੀ ਕਹੀ ਜਾਂਦਾ ਪੈਸੇ ਪੈਸੇ, ਇਹਦਾ ਕੱਲ੍ਹ ਪਰਸੋਂ ਜੇ ਹਿਸਾਬ ਕਰਕੇ ਦਿੱਤਾ ਇਹਨੂੰ ਪੈਸੇ ਹਜੇ। ਬਾ ਇੱਕ ਵਾਰ ਫਿਰ ਇਹਨੂੰ ਆਪਾਂ ਐਡਵਾਂਸ ਕਰ ਦਈਦੇ ਹਾਂ, ਫਿਰ ਇਹਦੇ ਵੇ ਫਿਰ ਇਹਦੇ ਐਡਵਾਂਸ ਹੋ ਜਾਂਦੇ ਆਪਣੇ ਵੱਲ। ਚਲੋ ਐਂ ਚੱਲੀ ਜਾਂਦੀ ਦੁਨੀਆ ਕਹਿੰਦਾ ਸੀ ਲੰਬੜਦਾਰ। ਹਾਂ ਠੀਕ ਹੈ ਠੀਕ ਹੈ। ਇੱਧਰ ਹੀ ਬੰਦਾ ਬੈਠਾ ਹੋਰ ਇੱਕ। ਹਾਂ ਬਾਈ ਕਿਆ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ। ਉੱਚੀ ਬੋਲ ਮਾੜਾ ਜਿਹਾ ਫਿਰ। ਕਿਆ ਬਣਦਾ ਅੱਜ ਸਕੂਲ ਨਹੀਂ ਗਿਆ ਦੁਸਹਿਰਾ? ਇਹ ਠੀਕ ਹੈ ਠੀਕ ਹੈ, ਇਹ ਦੁਸਹਿਰੇ ਕਰਕੇ ਨਹੀਂ ਗਿਆ। ਮਾਮੇ ਨੇ ਤਾਂ ਧੂੜ ਕੱਢੀ ਪਈ ਹੈ, ਟਰੈਕਟਰ ਰਾੜ ਪਾਇਆ ਪਿਆ। ਇੱਥੇ ਤਾਂ ਆਲੂ ਲਾਉਣੇ ਆ। ਲਾਉਂਗੇ ਲਾਉਂਗੇ ਅੱਜ, ਰੂਟਾਵੀਟਰ ਬਾਹਰ ਕੱਢਿਆ, ਆਲੂਆਂ ਦੇ ਅੱਗੇ ਲਾ ਤਾ, ਇੱਧਰ ਟਰਾਲਾ ਖੜ੍ਹਾ, ਆਲੂ ਥੱਲੇ ਤਾਰ ਤੇ, ਤਰਪਾਲ ਪਾ ਤੀ ਅੱਗੇ ਧੁੱਪ ਤੋਂ। ਬਈ ਦੇਖੋ ਅਕਵਾਲ ਕਹਿੰਦਾ ਵੀ ਲਾਲ ਗੁਲਾਲ ਆਲੂ ਦੇ ਦਿਓ, ਲਾਲ ਗੁਲਾਲ ਨਹੀਂ ਹੈਗੇ ਐਲ ਆਰ ਆ। ਉਹ ਪਏ ਆ ਉਹ ਦੇਖ, ਉਹ ਲਾਲ ਆਲੂ ਮੰਗਦਾ, ਕਹਿੰਦਾ ਕਿਲੋ ਦੇ ਦੀ, ਇਹਨੇ ਬਣਾਉਣੇ ਹੋਣੇ ਆ। ਬਈ ਨੰਬੜਾ ਰੁਪਈਏ ਬਹੁਤ ਖਾਂਦੇ ਆ ਲਾਲ ਹਾਲ ਆਲੂ, ਕਿਆ ਗੱਲ ਆ? ਹਾਂ ਕਹਿੜੇ ਤਾਂ ਹੁੰਦੇ ਆ, ਉਹ ਤਾਂ ਹਲੇ ਬਹੁਤ ਵਧੀਆ ਆਲੂ ਆ, ਗਲਦਾ ਗੁਲਦਾ ਨਹੀਂ ਹੈਗਾ। ਇਹ ਆਪਣੇ ਕੋਲ G2 ਆ ਜੀ, ਸਟੇਜ ਵਧੀ ਮਤਲਬ G2 ਹੋ ਜਾਣੀ। ਇਹ ਵਧੀਆ ਬੀਜ ਹੈ, ਪੁਖਰਾਜ ਦਾ ਨਵਾਂ ਬੀਜ ਆ ਇਹ, ਥੋੜ੍ਹਾ ਜਿਹਾ ਸਟੋਰ ਵਾਲਿਆਂ ਦੀ ਕੰਮ ਇਹੋ ਜਿਹਾ ਵੀ ਗਲ ਗੁਲ ਗਏ। ਚਲੋ ਕਰਦੇ ਹਾਂ ਜੀ ਕੰਮ, ਇਹਦਾ ਵੀ ਦੇਖਦੇ ਹਾਂ ਹੁਣ। ਓਕੇ ਜੀ, ਫਿਰ ਬਾਕੀ ਸੁਣਾਉਂਦੇ ਗੱਲਾਂ ਬਾਅਦ 'ਚ ਤੁਹਾਨੂੰ।